ਹਾਂਜੀ ਮਿੱਤਰੋ, ਕੀ ਹਾਲ ਹੈ ਜੀ? ਉਮੀਦ ਕਰਦਾ ਕਿ ਸਾਰੇ ਠੀਕ ਹੋਣਗੇ। ਅਤੇ ਅੱਜ ਦਾ ਬਲੌਗ ਹੈ, ਅਨਬੋਕਸਿੰਗ ਵੀਡੀਓ ਹੈ ਇੱਕ, ਅਤੇ ਜਿਹੜੀ ਹੈਗੀ ਆਪਣੀ ਬੈਕਸ 'ਤੇ, ਅਤੇ ਬੈਕਸ ਮੰਗਵਾਈ ਹੈ ਜੀ, ਅਤੇ ਯੂਜ਼ ਕਰਨੀ ਆਪਾਂ। ਇਹ ਬੈਕਸ ਜੀ ਹਾਰਡ ਫੇਸ ਐਂਡ ਬੋਡੀ ਬੈਕਸ, ਇਹਨਾਂ ਹੇਅਰ ਰਿਮੂਵਲ ਹੁੰਦੇ ਵਿਦਆਊਟ ਸਟ੍ਰਿਪ ਬਾਈ ਪ੍ਰੋਫੈਸ਼ਨਲ। ਇਹ ਹੀਟਿੰਗ ਵਾਲੀ ਹੈ ਜੀ, ਅਤੇ ਹੀਟਿੰਗ ਵਾਲੀ ਤੁਹਾਨੂੰ ਪਤਾ ਹੀ ਹੈ, ਮਤਲਬ ਇਹ ਇੱਕ ਮਸ਼ੀਨ 'ਚੋਂ ਜਿਹੜਾ ਹੁੰਦਾ ਹੀਟਰ, ਉਹਦੇ 'ਚ ਲਗਾ ਕੇ, ਉਹ 'ਚ ਲਗਾ ਕੇ ਥੋੜ੍ਹੇ ਜਿਹੇ ਦਾਣੇ ਆਪਾਂ ਸਰੀਰ ਦੇ ਨਾਲ ਉਹ ਕਰ ਸਕਦੇ ਹਾਂ, ਫੇਸ ਦੇ ਵਾਲ ਯੂਜ ਕਰਕੇ ਵੀ ਦੱਸਾਂਗਾ, ਅਤੇ ਦੇਖਣ ਨਾਲ। ਅਤੇ ਬਸ ਇਹਨੂੰ ਤੁਸੀਂ ਆਪਾਂ ਗਰਮ ਕਰਕੇ ਫੇਸ 'ਤੇ ਲਗਾਉਣਾ, ਜਿੱਥੇ ਵੀ ਤੁਹਾਡੇ ਹੇਅਰਸ ਹੈ, ਅਤੇ ਰਿਮੂਵ ਕਰਨਾ। ਅਤੇ ਕੁਛ ਬਾਹਰ ਨਹੀਂ ਦਿੱਤੀਆਂ ਆ, ਇਹ ਪ੍ਰੋਫੈਸ਼ਨਲ ਯੂਜ਼ ਲਈ ਹੈ। ਇੰਸ਼ੋਰ ਵੈਕਸ ਇਜ਼ ਟੂ ਗੁੱਡ ਬਿਫੋਰ ਅਪਲਾਈਂਗ ਟੂ ਸਕਿਨ, ਮਤਲਬ ਵੀ ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ। ਅਤੇ ਦੂਜਾ, ਹਾਂ, ਇਹਨੂੰ ਬਰੋਕਨ ਸਕਿਨ ਜਾਂ ਮਤਲਬ ਸੈਂਸਿਟਿਵ ਸਕਿਨ 'ਤੇ ਯੂਜ਼ ਨਹੀਂ ਕਰ ਸਕਦੇ ਤੁਸੀਂ। ਅਤੇ ਡੋਨਟ ਯੂਜ਼ ਵਿਦ ਇਨ 2 ਆਵਰ ਆਫਟਰ ਟੇਕਿੰਗ ਏ ਸ਼ਾਵਰ, ਹਾਂ, ਅਤੇ ਇਹ ਵੀ ਗੱਲ ਸਹੀ ਆ। ਅਤੇ ਚਿਲਡਰਨ ਤੋਂ ਦੂਰ ਰੱਖਣਾ 3 ਸਾਲ ਤੋਂ। ਦੇਖੋ ਜੀ, ਇਹ ਸਾਡਾ ਰਿਵਿਊ ਸੀਗਾ ਸਾਡੀ ਬੈਕ ਦਾ, ਅੱਜ ਮੰਗਵਾਈ ਮੈਂ, ਜਿਹੜਾ ਹੈ ਰਿਮੂਵ ਕਰਨੇ ਆ, ਅਤੇ ਤੁਹਾਨੂੰ ਦੱਸਾਂਗੇ ਅੱਗੇ ਵੀਡੀਓ 'ਚ, ਤੁਸੀਂ ਬਣੇ ਰਹੋ ਵੀਡੀਓ 'ਚ ਤੁਹਾਨੂੰ ਕਰਕੇ। ਅਤੇ ਹਾਂਜੀ ਮਿੱਤਰੋ, ਇਹ 100 ਗ੍ਰਾਮ ਦਾ ਪੈਕ ਹੈ ਜਿਹੜਾ ਅਸੀਂ ਮੰਗਵਾਇਆ ਐਮਾਜ਼ੋਨ ਤੋਂ, ਅਤੇ ਤਕਰੀਬਨ ਇਹ 150-200 'ਚ ਮਿਲਿਆ ਜੀ। ਤੁਹਾਨੂੰ ਵੀ ਲਿੰਕ ਦੱਸ ਦੂੰਗਾ ਇਹਦਾ, ਮੈਂ ਤੁਹਾਨੂੰ ਦੱਸ ਦਿੰਦਾ ਜੀ। ਇਹ ਆਪਾਂ ਜ਼ਿਆਦਾ ਹੀਟ 'ਚ ਨਹੀਂ ਯੂਜ਼ ਕਰਨਾ, ਪਹਿਲਾਂ ਚੈੱਕ ਕਰਨਾ ਬਿਫੋਰ ਯੂਜ਼, ਮਤਲਬ ਕਿ ਜ਼ਿਆਦਾ ਗਰਮ ਕਰਨੀ ਆ ਵੀ, ਦੇਖਣਾ ਵੀ ਹੈ ਨਾ ਸਕਿਨ ਡੈਮੇਜ ਕਰੂੰਗਾ ਬਾਅਦ 'ਚ। ਅਤੇ ਇੱਦਾਂ ਯੂਜ਼ ਉਹ ਵਧੀਆ ਆ, ਕਿਉਂਕਿ ਫਿਰ ਇਹਦੇ ਨਾਲ ਲੇਟ ਆਉਂਦੇ ਫੇਸ 'ਤੇ ਯਾਰ, ਕਾਫੀ ਵਧੀਆ ਤਰੀਕੇ ਨਾਲ ਚੱਕਦਾ ਵਾਲ ਨੂੰ, ਥੋੜ੍ਹਾ ਪੇਨ ਲੈਸ ਹੁੰਦਾ, ਜ਼ਿਆਦਾ ਪੇਨ ਵੀ ਨਹੀਂ ਹੁੰਦੀ, ਨੋਰਮਲ ਹੀ ਹੁੰਦਾ, ਜ਼ਿਆਦਾ ਪੇਨ ਨਹੀਂ ਹੁੰਦੀ। ਹਾਂਜੀ ਗਾਈਸ, ਕੀ ਹਾਲ ਨੇ ਸਾਰਿਆਂ ਦੇ? ਉਮੀਦ ਕਰਦਾ ਕਿ ਤੁਹਾਨੂੰ ਲੱਗਿਆ ਹੋਣਾ ਕੀ ਹੈ ਮੂੰਹ 'ਤੇ। ਅਤੇ ਦੇਖੋ ਜੀ, ਆਪਾਂ ਫੇਸ ਵਾਸ਼ ਨਾਲ ਮੂੰਹ ਧੋਤਾ, ਹੁਣ ਆਪਾਂ ਚੱਕਣਾ ਆਪਾਂ ਦੇ ਵਾਲ, ਖੁੱਲੀਆਂ ਬਦਲਣਾ ਥੋੜ੍ਹਾ ਜਿਹਾ। ਅਤੇ ਤੁਹਾਨੂੰ ਦੱਸ ਦਿਆ ਅੱਗੇ ਵੀਡੀਓ 'ਚ ਤੁਸੀਂ ਬਣੇ ਰਹੇ, ਚੰਗੀ ਤਰ੍ਹਾਂ ਵੀਡੀਓ ਬਣਾਉਣੀ ਆ ਅੱਜ ਅਸੀਂ। ਬਾਕੀ ਵਾਲ ਦਾ ਕੱਲ੍ਹ ਲਗਾਉਣਾ ਸੀ, ਪਹਿਲਾਂ ਆਪਾਂ ਦਾੜੀ ਮੁੱਛ ਦਾ ਵੀ ਅੱਗਾ ਲਗਾਉਣਾ, ਅਤੇ ਪਹਿਲਾਂ ਤੁਹਾਨੂੰ ਵਾਲਾਂ ਦਾ ਕਰਦੇ, ਵੀ ਗੱਲਾਂ ਦੇ ਵਾਲ ਆ, ਦੇਖੋ ਕਿੰਨੇ ਸਾਰੇ ਵਾਲ ਆ, ਹੁਣ ਚੱਕਣੇ ਆਪਾਂ ਵਾਲ ਅੱਗੇ ਵੀਡੀਓ 'ਚ, ਤੁਸੀਂ ਬਣੇ ਰਹੋ ਐਂਡ ਤੱਕ, ਵਾਚ ਕਰਿਓ ਤੁਸੀਂ ਵੀਡੀਓ। ਅਤੇ ਕਾਫੀ ਦਿਨ ਹੋ ਗਏ ਸੀ ਵਾਲ ਨਹੀਂ ਚੱਕੇ ਜਿਹੜੇ ਹੈਗੇ, ਹੁਣ ਫੇਸ ਵਾਸ਼ ਲੱਗਿਆ ਹੋਇਆ ਮੂੰਹ 'ਤੇ, ਅਤੇ ਸਾਫ਼ ਕਰਨਾ ਪਹਿਲਾਂ ਸੀ ਫੇਸ ਵਾਸ਼, ਅਤੇ ਤੁਹਾਨੂੰ ਦੱਸਾਂਗੇ ਅੱਗੇ ਵੀਡੀਓ 'ਚ। ਦੇਖੋ ਪਹਿਲਾਂ ਧੋਵਾ ਆਈਏ, ਪਹਿਲਾਂ 2 ਮਿੰਟ ਰੁਦੋ ਫਿਰ। ਅਤੇ ਹੈਲੋ ਗਾਈਜ਼, ਮੈਂ ਥੋੜ੍ਹਾ ਜਿਹਾ ਪਾਣੀ ਗਰਮ ਕਰਕੇ ਆਇਆ, ਕਿਉਂਕਿ ਮੂੰਹ ਥੋੜ੍ਹੀ ਠੰਡ ਲੱਗ ਗਈ ਮੁੱਛ, ਦੇਖੋ ਮੁੱਛ ਵੀ ਵਿਚਾਰੀ ਆਉਂਦੀ ਨਹੀਂ ਪਈ ਹੈ, ਜਾਂ ਮੁੱਛ ਤਾਂ ਵੀ ਕਰਦੇ ਆ, ਮਿੱਟੀ ਮੁੱਟੀ ਕਰਾ ਇਹਨੇ, ਇਹਦੀ ਮੁਲਤਾਨੀ ਮਿੱਟੀ ਸੈੱਟ ਕਰਾਉਣੀ ਹੈ ਜਾਂ, ਅਤੇ ਇਹਦੀ ਦੇਖ ਦੇ ਰਹੋ ਐਨ ਐਂਡ ਗੱਲ ਬਾਤ ਬਣਾਉਣੀ, ਵਾਲਾਂ ਦਾ ਵੀ ਐਨ ਕਰਾ ਖਾਣੇ ਸੀ ਕੱਲ੍ਹੋਂ, ਅਤੇ ਥੋੜ੍ਹਾ ਟਾਈਮ ਨਹੀਂ ਦੂਗਾ, ਹਜੇ ਕਰਕਾਣਾ ਸੀ, ਤੁਸੀਂ ਐਂਡ ਤੱਕ ਬਾਅਦ 'ਚ ਕਰਦੇ ਰਹੋ। ਚੱਲਦੇ ਆ ਫਿਰ ਅੱਗੇ ਬਣਾਉਂਦੇ ਆ, ਤੁਹਾਨੂੰ ਤੁਹਾਨੂੰ ਦੱਸ ਦਿਓ ਇੱਕ ਪ੍ਰੋਡਕਟ ਵੀ ਦੱਸਾਂ, ਪਹਿਲਾਂ ਪ੍ਰੋਡਕਟ ਬਾਰੇ, ਪਹਿਲਾਂ ਮੂੰਹ ਧੋ ਜਾਂਦਾ ਫਿਰ ਪ੍ਰੋਡਕਟ ਬਾਰੇ ਦੱਸਦਾ ਤੁਹਾਨੂੰ ਸਾਰਾ। ਅਤੇ ਹਾਂਜੀ ਮਿੱਤਰੋ, ਲਓ ਜੀ ਧੋਇਆ ਮੂੰਹ ਆਪਣਾ, ਥੋੜ੍ਹਾ ਹੌਲੀ ਆ, ਹਜੇ ਬਦਲੇ ਨਹੀਂ ਹੈਗਾ, ਅਤੇ ਤੁਹਾਨੂੰ ਅੱਗੇ ਦੱਸਦੇ ਹਾਂ, ਵਾਲ ਵੀ ਬੜੇ ਹੋ ਗਏ, ਕੱਲ੍ਹ ਕਰਾਕਣੇ ਸੈੱਟ, ਤੁਹਾਨੂੰ ਦੱਸਦੇ ਇੱਕ ਪ੍ਰੋਡਕਟ ਦੇ ਬਾਰੇ। ਆਹ ਹੈ ਜੀ ਪ੍ਰੋਡਕਟ, ਉਹ ਆਹ ਦੇਖੋ ਜੀ, ਤੁਹਾਨੂੰ ਦੇਖਦੇ ਹੋਣਾ, ਇਹ ਹੈਗੀ ਜੀ ਹੇਅਰ ਬੈਕਸ, ਹਾਰਡ ਹੇਅਰ ਬੈਕਸ ਫੇਸ ਐਂਡ ਬੋਡੀ ਵਾਸਤੇ ਜੀ, ਰਬੀਨ ਪ੍ਰੋਫੈਸ਼ਨਲ। ਅਤੇ ਹੁਣ ਇਹ ਯੂਜ਼ ਕਰਕੇ ਦੱਸਣੀ ਹੈ, ਇਹ ਮੈਂ ਤੁਹਾਨੂੰ ਦੱਸਿਆ ਪਹਿਲਾਂ ਜੀ, ਦੇਖੋ ਜੀ ਬੈਕਸ, ਇਹ ਮੈਂ ਮੰਗਵਾਈ ਸੀ ਐਮਾਜ਼ੋਨ ਤੋਂ, ਦੇਖ ਲਓ ਜੀ, ਦੇਖੋ ਵਾਲ ਦੇਖੋ ਕਿੰਨੇ ਆਏ ਹੋਏ ਜੀ, ਆਹ ਦੇਖੋ ਵਾਲ ਬਹੁਤ ਆਏ ਹੋਏ ਆ, ਤੁਹਾਨੂੰ ਦੱਸਾਂਗੇ ਗੱਡੀ
ਹੁਣ ਆਪਾਂ ਵੀਡੀਓ ਜਿਹੜੀ ਸ਼ੂਟ ਕਰਨੀ ਆ ਉਹ ਕਰਨੀ ਆ ਕਿਚਨ 'ਚ, ਅਤੇ ਵਾਲਾਂ ਵੱਲ ਬਹੁਤਾ ਧਿਆਨ ਨਾ ਦਿਓ, ਉਹਨਾਂ ਮੁੱਛਾਂ ਵੱਲ ਬਹੁਤਾ ਧਿਆਨ ਦਿਓ, ਲੁੱਕ ਵੱਲ ਤਾਂ ਉੱਦਾਂ ਨਹੀਂ। ਅਤੇ ਹਾਂਜੀ ਗਾਈਜ਼, ਤੁਸੀਂ ਦੇਖਦੇ ਹੋਣੇ ਗੱਲਾਂ ਦੇ ਵਾਲ ਦੇਖੋ ਜੀ ਕਿੰਨੇ ਆ, ਸਾਰੇ ਚੱਕਣੇ ਆ ਵਾਲ ਅੱਜ, ਅੱਜ ਬੈਕਸ ਨਾਲ, ਬੀਨ ਬੈਕਸ ਨਾਲ। ਤੁਸੀਂ ਐਂਡ ਤੱਕ ਵਾਚ ਕਰਦੇ ਰਹੋ ਵੀਡੀਓ ਨੂੰ, ਵੀਡੀਓ ਬਹੁਤ ਘੈਂਟ ਬਣੂਗੀ, ਤੁਸੀਂ ਐਂਡ ਤੱਕ ਵਾਚ ਕਰੋ, ਤੁਹਾਨੂੰ ਦੱਸਾਂਗੇ ਸਾਰੇ ਕਿੱਦਾਂ ਚੱਕਦੇ ਵਾਲ, ਪੇਨ ਵੀ ਹੁੰਦਾ ਥੋੜ੍ਹਾ ਜਿਹਾ ਉੱਦਾਂ, ਅਤੇ ਫਿਰ ਮਿਲਦੇ ਹਾਂ। ਅਤੇ ਹੈਲੋ ਮਿੱਤਰੋ, ਹਾਂਜੀ ਆਪਾਂ ਪਹੁੰਚੀਆਂ ਕਿਚਨ 'ਚ, ਤੁਸੀਂ ਦੇਖ ਲਓ ਸਾਡੀ ਕਿਚਨ ਇੱਦਾਂ ਦੀ ਕਿਚਨ ਹੈ ਸਾਡੀ, ਨੋਰਮਲ ਜੀ ਕਿਚਨ ਹੈ। ਤੁਹਾਨੂੰ ਦੱਸ ਦਿੰਦੇ ਹਾਂ ਪ੍ਰੋਡਕਟ ਵੀ ਲਿਆ ਆਪਣੇ ਨਾਲ, ਅਤੇ ਆਹ ਦੇਖੋ ਕੋਲੀ, ਇਹਦੇ 'ਚ ਪਹਿਲਾਂ ਅਸੀਂ ਯੂਜ਼ ਕੀਤਾ ਤਾਂ ਆਹ ਕਲਰ ਦਾ ਇਹਦੇ 'ਚ, ਅਤੇ ਮੰਮੀ ਨਾਲ ਵੀ ਆ ਰਹੀ ਹੈ, ਮੰਮੀ ਕਹਿੰਦੀ ਆਉਣਾ ਨਹੀਂ ਅੱਗੇ ਨਾ। ਅੱਛਾ ਜੀ ਚਲੋ, ਆਹ ਤੁਹਾਨੂੰ ਖੋਲ ਕਰਾਤੇ ਆ, ਹੋਰ ਸਾਹਮਣੇ ਆਈ ਹੈ, ਮੜੀ ਥੱਲੇ ਨੂੰ ਕਰਤੇ ਨਾ, ਇੱਕ ਮਿੰਟ ਜੀ, ਆਹ ਦੇਖੋ ਜੀ, ਤੁਹਾਨੂੰ ਦੱਸਦੇ ਹਾਂ ਜੀ, ਆਪਾਂ ਇਹਦੇ ਸੁੱਟਣੀ ਥੋੜ੍ਹੀ ਜੀ, ਦੇਖੋ ਜੀ ਇੰਨੇ ਸਾਰੇ ਪਾ ਲਏ ਆਪਾਂ, ਦੇਖੋ ਗਾਈਸ ਇੰਨੇ ਪਾ ਲਏ, ਦੇਖਦੇ ਅਤੇ ਦੇਖੋ ਹੁਣ ਤੁਹਾਡੇ ਸਾਹਮਣੇ ਆਪਾਂ ਉਹ ਰੱਖਿਆ ਆ, ਇੱਕ ਵਿੱਚ ਗਰਮ ਕਰਨਾ ਆਪਾਂ ਇਹਨੂੰ ਰੱਖ ਕੇ, ਕਿੱਦਾਂ ਗਰਮ ਸੀ, ਅਤੇ ਰੱਖਿਆ ਹੋਇਆ ਜੀ, ਹਿੰਦੀ ਪੰਜਾਬੀ ਹੈ ਸਾਰੇ, ਚਲੋ ਆਪ ਤੋਂ ਹਿਮਾਚਲ ਸੇ ਹੋ, ਆਪ ਤੋਂ ਹਿੰਦੀ ਬੋਲ ਸਕਦੇ ਹੈ, ਚਲਾਓਗੇ, ਲਓ ਜੀ ਆਪਾਂ ਗੈਸ ਲਾ ਲਈ ਆ, ਅਤੇ ਦੇਖੋ ਜੀ ਹੁਣ 2 ਮਿੰਟਾਂ 'ਚ ਗਰਮ ਹੋ ਜਾਣਾ, ਕਿੱਧਰ ਰੱਖਿਆ ਹੋਇਆ ਠੰਡੇ ਨੂੰ, ਅਤੇ ਹਾਂਜੀ ਗਾਈਸ ਹੋਰ ਪਾ ਦਾ ਥੋੜ੍ਹੇ ਜਿਹੇ, ਦੇਖੋ ਜੀ ਤੁਹਾਡੇ ਸਾਹਮਣੇ ਪਾ ਗਿਆ, ਬੀਨ ਬੈਗਸ ਪਾ ਗਿਆ, ਇੱਕ ਪੈਨ ਜਿਹਾ ਹੁੰਦਾ ਇੱਕ, ਆਪਾਂ ਉਹਦੇ 'ਚ ਰੱਖ ਲਿਆ, ਅਗਰ ਤਾਂ ਤੁਹਾਨੂੰ ਸ਼ੀਸ਼ਾ ਰਹਿਣ ਦੇ ਫੋਨ ਦਾ ਵੀ ਸ਼ੀਸ਼ਾ ਹੈਗਾ, ਅਤੇ ਹਾਂਜੀ ਮਿੱਤਰੋ ਥੋੜ੍ਹਾ ਜਿਹਾ ਰੁਮਾਲ ਅਸੀਂ ਇੱਦਾਂ ਰੱਖੂਗੇ ਕਿਉਂਕਿ ਹੁਣ ਬੈਕਸ ਗਰਮ ਹੋ ਗਈ ਹੈ, ਮੰਮੀ ਹੋਰੀ ਮੇਰੇ ਨਾਲ ਕਰਾਉਣ ਲੱਗੇ ਆ ਹੈਲਪ ਵਾਲ ਚੱਕਣ ਦੀ, ਆਪਾਂ ਸੋਚਿਆ ਵੀ ਮੈਂ ਤਾਂ ਵੈਸੇ ਬਾਹਰ ਕਟਾਉਂਦਾ ਸੀ, ਮੈਂ ਸੋਚਿਆ ਚੱਲ ਇੱਕ ਵਾਰ ਘਰ ਹੀ ਲਿਆ ਕੇ ਤੁਹਾਨੂੰ ਦੱਸਦੀ ਹੈ ਸਾਰਿਆਂ ਨੂੰ ਕਿੱਦਾਂ ਘਰ 'ਚ ਬਣਾਈ ਦਿੰਦੀ, ਅਤੇ ਘਰ 'ਚ ਕਿੱਦਾਂ ਲਾਈ ਦੀ ਹੈ ਮਤਲਬ ਬੈਕਸ, ਅਤੇ ਤੁਸੀਂ ਵੀ ਲਾ ਸਕਦੇ ਹੋ, ਇਹ ਵੈਸੇ ਹੀਟਰ ਦੀ ਵੀ ਮੰਗਾਉਂਦੇ ਪਰ ਮੈਨੂੰ ਲੋੜ ਨਹੀਂ ਆਉਂਦੀ, ਮੈਂ ਬਾਹਰ ਬਾਹਰ ਕਰਾ ਦਿੰਦਾ ਕਿਉਂਕਿ ਮੈਂ ਫਿਰ ਇੱਥੇ ਮੈਂ ਕਿਹਾ ਪਹਿਲੀ ਵਾਰ ਵੀਡੀਓ ਬਣਾਉਣ ਦੇ ਚੱਕਰ ਵਿੱਚ ਵੀ ਆਪਾਂ ਲੈ ਆਏ ਬੈਕਸ, ਅਤੇ ਤੁਸੀਂ ਬਣੇ ਰਹੋ, ਫਿਕਰ ਗਿਆ ਹੈ ਕਿ ਪਾਣੀ ਹੋਰ ਤਰ੍ਹਾਂ ਦਾ ਆ ਗਿਆ, ਇਹਨੂੰ ਬਾਹਰ ਹੀ ਕੱਢ ਲਈਏ, ਮਾੜਾ ਚੱਕ ਦੱਸੀਏ, ਅਤੇ ਹਾਂਜੀ ਹਾਂਜੀ ਗਾਈਜ਼ ਆਪਾਂ ਪੈਨ 'ਚ ਗਰਮ ਕੀਤਾ ਜਿਹੜਾ, ਉਹਦੇ ਵਿੱਚ ਆਪਾਂ ਕੋਲੀ ਰੱਖੀ ਆ, ਉਹਦੇ 'ਚ ਆਪਾਂ ਬੀਨ ਬੈਗਸ ਪਾਈ ਆ, ਅਤੇ ਤੁਹਾਨੂੰ ਇੱਕ ਵਾਰ ਚੱਕ ਦੱਸਿਆ, ਮੈਂ ਚੱਕ ਕੇ ਦੱਸੀ ਮਾੜਾ ਜਿਹਾ ਇਹਨਾਂ ਨੂੰ ਦਿਖਾਉਣਾ ਵੀਡੀਓ 'ਚ, ਅਤੇ ਹਾਂਜੀ ਮਿੱਤਰੋ ਲਿਆ ਕਫਾ ਦੇ, ਹਾਂਜੀ ਮੈਂ ਸਰ ਇੱਦਾਂ ਰੱਖਣਾ ਆਪਾਂ, ਦੇਖੋ ਜੀ ਆਹ ਹੈ ਵੀ ਇੱਕ ਵਾਰ, ਦੇਖੋ ਜੀ ਐਂ ਤਾਂ ਵਿੱਚ ਪਾਗਾ, ਦੇਖੋ ਕਿੱਦਾਂ ਢਲਦੀ ਆ, ਥੋੜ੍ਹਾ ਜੂਮ ਕਰਕੇ ਦੱਸਦੀ ਆ ਤੁਹਾਨੂੰ, ਚੱਲ ਹੋਏਗਾ ਜੂਮ, ਦੇਖੋ ਜੀ ਇੱਦਾਂ ਮਿੱਤਰੋ ਆ ਵਿੱਚ ਜਿਹੜੀ ਜਾਂਦੀ ਆ, ਆ ਵਿੱਚ ਬੈਕਸ ਬਣ ਗਈ ਆ, ਬਸ ਇਹ ਆਪਾਂ ਲਾਉਣਾ ਆਪਣੀ ਗੱਲਾਂ 'ਤੇ, ਅਤੇ ਪੇਨ ਜਿਹੜਾ ਹੁੰਦਾ ਦੇਖੋ ਜੀ ਹੁਣ ਮੰਮੀ ਹੋਰੀ ਮੇਰਾ ਲਾਉਣਾ ਗੱਲਾਂ 'ਤੇ,
ਕਿਉਂਕਿ ਮੈਂ ਤਾਂ ਲੱਗਦਾ ਨਹੀਂ ਇਕੱਲੇ ਤਾਂ ਮੈਨੂੰ ਡਰ ਮੈਂ ਤਾਂ ਗਰਮ ਅਸੀਂ ਸਟ੍ਰਿਪ ਉਹ ਲੈਣੀ ਵੁਡਨ ਸਟ੍ਰਿਪ ਵੁਡਨ ਸਟ੍ਰਿਪ ਆਹ ਇੰਨਾ ਤਾਂ ਨਹੀਂ ਖਰਾਬ ਹੋਊਗਾ ਪੇਨਲੈਸ ਆ ਬਿਲਕੁਲ ਇਹ ਇੰਨਾ ਗਰਮ ਹੈ ਨੀ ਹੈਗਾ ਠੰਡਾ ਲੱਗਿਆ ਮੈਨੂੰ ਇੰਨਾ ਉਹ ਚਿਪਕ ਗਿਆ ਇਹ ਤਾਂ ਮੈਨੂੰ ਲੱਗਿਆ ਵੀ ਉਦੇ ਢਿੱਲਾ ਇਹ ਜੇ ਪਹਿਲਾਂ ਨਾਲੋਂ ਜ਼ਿਆਦਾ ਤਿੱਖਾ ਇਹਦਾ ਇਹਦੀ ਸਟਰੈਂਥ ਵਧੀਆ ਫੜਨ ਦੀ ਐਂ ਗਾਇਜ਼ ਦੇਖੋ ਜੀ ਮੈਂ ਲਾ ਲਿਆ ਇੱਥੇ ਗੱਲਾਂ ਦੇਖੋ ਕਿੱਦਾਂ ਵਾਲ ਹੀ ਨਾ ਇਕੱਠੇ ਕਰ ਦਿੱਤੇ ਇਹਦੀ ਰੁਕੇ ਰੁਕੇ ਵੀਡੀਓ 'ਚ ਤੁਹਾਨੂੰ ਦੱਸ ਦਿਆਂਗੇ ਇੱਧਰ ਵੀ ਲਗਨ ਸਾਰਾ ਕਰਨਾ ਫੇਸ ਆਪਾਂ ਐਨ ਕਲੀਨ ਮੈਂ ਤਾਂ ਹੀ ਤਾਂ ਥੋੜ੍ਹੇ ਜਿਹੇ ਵਧਾਏ ਸੀਗੇ ਮੈਂ ਕਿਹਾ ਚੱਲ ਵੀਡੀਓ ਬਣਾਉਣੀ ਹੈ ਤਾਂ ਵੀਡੀਓ 'ਚ ਤੁਹਾਨੂੰ ਦੱਸਾਂਗਾ ਸਾਰਾ ਲੋ ਜੀ ਹੁਣ ਦੂਜਾ ਪਾਰੀ ਲੱਗਣ ਲੱਗੀ ਠੰਡਾ ਹੋ ਜਾਂਦਾ ਯਾਰ ਠੰਡਾ ਹੋ ਗਿਆ ਬਟ ਲੱਗਦਾ ਬਹੁਤ ਵਧੀਆ ਹੈ ਬਟ ਇਹ ਲੱਗ ਬੋਲ ਰਿਹਾ ਹਨੀ ਹੈ ਇਹਦੇ 'ਚ ਸਿੱਧੀ ਇਸ ਕੀ ਸਮੈਲ ਕੈਸੀ ਆ ਰਹੀ ਹੈ ਅੱਛੀ ਨਹੀਂ ਆ ਰਹੀ ਹਮ ਮਿਕਸ ਹਿੰਦੀ ਔਰ ਪੰਜਾਬੀ ਗਾਈਸ ਦੇਖੋ ਜੀ ਲਗਾ ਨਹੀਂ ਇੱਧਰ ਵੈਸੇ ਅੱਛੇ ਸੇ ਅਬ ਲਗਾ ਸ਼ਾਇਦ ਦੇਖੋ ਗਾਈਸ ਇਹਦੀ ਸ਼ਹਿਦ ਦੀ ਮੁਸਕ ਆਉਂਦੀ ਇਹਦੀ ਸ਼ਹਿਦ ਦੀ ਬਦਬੂ ਆਉਂਦੀ ਵੈਸੇ ਖੁਸ਼ਬੂ ਆ ਯੈਸ ਖੁਸ਼ਬੂ ਨਰਮਾਲ ਨਹੀਂ ਲੈਣਾ ਮੈਂ ਦੇਖੋ ਜੀ ਗਾਈਸ ਮੰਮੀ ਸਾਡੀ ਹੈਗੀ ਹਿਮਾਚਲ ਤੋਂ ਤਾਂ ਥੋੜ੍ਹੀ ਹਿੰਦੀ ਬੋਲਦੀ ਆ ਨਹੀਂ ਤਾਂ ਵੈਸੇ ਹਿੰਦੀ ਨਹੀਂ ਬੋਲਦੀ ਗਰਪੇ ਮੰਮੀ ਸਾਡੀ ਹੈਗੀ ਜਖੇੜਾ ਮਹਿਤਪੁਰ ਜਖੇੜਾ ਹਿਮਾਚਲ 'ਚ ਪੈਂਦਾ ਜੀ ਅਤੇ ਬਾਕੀ ਅਸੀਂ ਤਾਂ ਪੰਜਾਬੀ ਬੋਲਦੇ ਗੱਲਾਂ ਦੇਖੋ ਕਿੱਦਾਂ ਖਰਾਬ ਹੈ ਨਹੀਂ ਆਪਾਂ ਦੇਖੋ ਜੀ ਇਹਨੂੰ ਚੰਗੀ ਤਰ੍ਹਾਂ ਸੁਕਾਉਣ ਦੇ ਵੈਸੇ ਹੁਣ ਪੜਦਾ ਵਾਂ ਬਟ ਹਜੇ ਪੇਨ ਨਹੀਂ ਚੱਲ ਹੁੰਦਾ ਉੱਪਰ ਲਾਣਾ ਦੇਖੋ ਗਾਈਸ ਐਨ ਲੱਗਿਆ ਹੋ ਗਿਆ ਐਨ ਪਾਣੀ ਵਰਗੀ ਕਰ ਦਿੱਤੀ ਬੈਕਸ ਪਾਣੀ ਰੰਗ ਦਾ ਤਾਂ ਕਲਰ ਹੈ ਬੈਕਸ ਦਾ ਸਾਰਾ ਲਾਣਾ ਮੀ ਦੇਖੋ ਗਾਈਸ ਇੱਥੇ ਰਹਿੰਦੇ ਆ ਥੋੜ੍ਹੇ ਜਿਹੇ ਵਾਲ ਅਤੇ ਆਪਾਂ ਇੱਥੋਂ ਚੱਕਣੇ ਆ ਹੁਣ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਜੀ ਮੰਮੀ ਮੇਰੀ ਬਹੁਤ ਹੈਲਪ ਕਰਾਉਂਦੀ ਹੈ ਮੇਰੇ ਨਾਲ ਵਲੌਗ ਬਣਾਉਣ ਵਿੱਚ ਮੰਮੀ ਮਨਾ ਕਰਦੀ ਕਹਿੰਦੀ ਮੈਂ ਵਲੌਗ 'ਚ ਨਹੀਂ ਆਉਣਾ ਗਾਈਸ ਤੁਸੀਂ ਵੀ ਟਰਾਈ ਕਰ ਸਕਦੇ ਹੋ ਇੱਦਾਂ ਘਰ ਦੇਖੋ ਕਿੰਨੀ ਵਧੀਆ ਲੱਗ ਗਈ ਹੀਟਰ ਦੀ ਲੋੜ ਹੀ ਨਹੀਂ ਪਈ
ਬਟ ਇਹ ਹੈ ਕਿ ਗੈਸ ਫੁੱਕ ਹੁੰਦੀ ਤੇ ਹਾਂਜੀ ਗਾਈਸ ਇਹਨੂੰ ਮੈਂ ਚੱਕਣ ਲੱਗਾ, ਦੇਖੋ ਤੁਹਾਡੇ ਸਾਹਮਣੇ ਆ ਉਹ ਪੇਨ ਸ਼ੀ ਕਿੱਥਾ ਪੰਗਾ ਲੈ ਲਿਆ ਉਹ ਦੇਖੋ ਗਾਈ ਤੁਹਾਡੇ ਸਾਹਮਣੇ ਪੇਨ ਚੱਲ ਉਹ ਸ਼ੀ 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 ਇਹ ਤਾਂ ਬਹੁਤ ਕੱਢ ਦਿੱਤੇ ਵਾਲੀ ਨੇ ਉਹ ਛੱਟ ਇਹ ਦੇਖੋ ਗਾਈਸ ਆਹ ਮੇਰੇ ਤੋਂ ਪਾਣੀ ਨਿਕਲ ਗਿਆ ਪੇਨ ਦੇਖੋ ਬਾਲ ਕਿਤੇ ਨਹੀਂ ਆ ਗਏ ਬਾਲ ਵਾਹ ਇਹ ਬੜੀ ਛੇਤੀ ਚੱਕਦੀ ਹੈ ਇਹ ਹੈ ਕਿਹ ਚ ਵਧੀਆ ਵਿੱਚ ਹੈ ਇਹ ਤਾਂ ਬਹੁਤ ਕੱਢ ਦਿੱਤੇ ਮੈਨੂੰ ਲੱਗਦਾ ਸਾਰੇ ਚੱਕ ਦਿੱਤੇ ਆ ਥਾਂ ਦੇ ਪਾਊਡਰ ਨਹੀਂ ਲਗਾਇਆ ਸੀ ਸਾਫ਼ ਹੋ ਗਿਆ ਪਾਊਡਰ ਨਹੀਂ ਲਗਾਇਆ ਮੇਰੇ ਅੱਖਾਂ 'ਚ ਪਾਣੀ ਆ ਗਿਆ ਅਤੇ ਗਾਈਸ ਦੇਖੋ ਜੀ ਆਹ ਪਾਸਾ ਲਾਲ ਹੋ ਗਿਆ ਆ ਹਜੇ ਵਾਲ ਥੋੜ੍ਹੇ ਜਿਹੇ ਚੱਕ ਹੋ ਕੇ ਥੋੜ੍ਹੇ ਜਿਹੇ ਰਹਿੰਦੇ ਆ ਤਾਂ ਬਹੁਤ ਐਤਕੀ ਤਾਂ ਬਹੁਤ ਘੱਟ ਆਏ ਸੀਗੇ ਵਾਲ ਕਿਉਂਕਿ ਮੇਰੇ ਵਾਲ ਐਤਕੀ ਮੈਂ ਕਰਵਾਉਂਦਾ ਰਹਿੰਦਾ ਸੀਗਾ ਅਤੇ ਮੈਂ ਥੋੜ੍ਹੇ ਜਿਹੇ ਇਸ ਵਾਰ ਕਰਵਾਏ ਨਹੀਂ ਹੈਗੇ ਅਤੇ ਹੁਣ ਕੋਈ ਪੇਨ ਨਹੀਂ ਚੱਲਣੀ ਆਪਾਂ ਬਿਲਕੁਲ ਪੇਨ ਲੈਸ ਹਾਂ ਅਤੇ ਛੇਤੀ ਪੱਟਿਆ ਕਰਨਾ ਆਪਾਂ ਹੁਣ ਦੇਖੀ ਉਹ ਬਾਬਾ ਬਹੁਤ ਪੇਨ ਹੁੰਦੀ ਅੱਜ ਤਾਂ ਇਹ ਜ਼ਿਆਦਾ ਪੇਨ ਕਰਦਾ ਹੈ ਉੱਪਰ ਲਿਖਿਆ ਪੇਨ ਲੈਸ ਹੈ ਇਹ ਦੇਖੋ ਗਾਈਸ ਜੀ ਤਾਂ ਜੀ ਮਿੱਤਰੋ ਆਪਾਂ ਡਰਮੀਕੂਲ ਪਾਊਡਰ ਲਾ ਲਿਆ ਜੀ ਦੇਖੋ ਜੀ ਮੈਨੂੰ ਭੁੱਲ ਗਿਆ ਜਦ ਪੇਨ ਹੋਣਾ ਨਹੀਂ ਹੈਗਾ ਹੁਣ ਇਹਦੇ ਨਾਲ ਮੈਂ ਵੀ ਹਿੰਦੀ ਬੋਲ ਜਾਂਦਾ ਵਿੱਚ ਅੱਤ ਪਾਤੀ ਮੈਨੂੰ ਘਰਦੇ ਨੇ ਹਿੰਦੀ ਕਿੱਥੇ ਬੋਲਦੀ ਪਈ ਪੰਜਾਬੀ ਗਾਈਸ ਚਿੱਟਾ ਹੋ ਗਿਆ ਮੈਂ ਗੁਰਾ ਚਲਾ ਜਾ ਦੇ ਛੇਤੀ ਨੇ ਲਗਾ ਦੇ ਛੇਤੀ ਬੰਦ ਕਰ ਦੇ ਬੋ ਖੁਦ ਪਿਆ ਇਹਦਾ ਕਾਫੀ ਹੈ ਇਹ ਤਾਂ ਗਰਮ ਬਹੁਤ ਆ ਦੇਖੋ ਗਾਈਸ ਮੈਂ ਫਿਰ ਗੱਲਾਂ ਬੁਲਾ ਦਵਾਂ ਇੱਥੇ ਬਾਹਰ ਨਾ ਇੱਥੇ ਨਾਲ ਉਹ ਸ਼ਿਟ ਗਰਮ ਟੂ ਮਚ ਹੋਟ ਇਹ ਥੋੜਾ ਬਹੁਤ ਤਾਂ ਹੁਣ ਟੋਰ ਕੱਢਣੀ ਸੌਖੀ ਹੈ ਕਿਤੇ ਓ ਮਾਈ ਗੋਡ ਹਾਂਜੀ ਮਿੱਤਰੋ ਦੁਬਾਰਾ ਲੱਗਣ ਲੱਗਿਆ ਪੈਕ ਪੂਰਾ ਪੈਕ ਤੁਹਾਨੂੰ ਲਾ ਕੇ ਦੱਸਣਾ ਸੀ ਵੀਡੀਓ ਲੰਬੀ ਬਣਨ ਦੋ ਅੱਜ ਮਹੀਨੇ ਬਾਅਦ ਲਗਾਇਆ ਨਾ ਤਾਂ ਕਰਕੇ ਡਬਲ ਲਾਉਣਾ ਪਿਆ ਉਹ ਛੱਡ ਨਹੀਂ ਪਹਿਲੇ ਹਮ ਨਹੀਂ ਪਹਿਲੇ ਤਾਂ ਮੈਂ ਸ਼ੋਪ ਤੇ ਲਗਾਤਾ ਥਾ ਪਹਿਲੇ ਤਾਂ ਮੈਂ ਸ਼ੋਪ ਤੇ ਇੱਕ ਵਾਰ ਲਗਾਇਆ ਤਾਂ ਪਹਿਲੇ ਨੇ ਉਹ ਛੱਡ ਪੰਜਾਬੀ ਹਾਂਜੀ ਮਿੱਤਰੋ ਪਹਿਲਾਂ ਮੈਂ ਸ਼ੋਪ ਤੇ ਲਗਾਉਂਦਾ ਹੁੰਦਾ ਸੀ ਤੇ ਹੁਣ ਪਹਿਲੀ ਵਾਰ ਮੈਂ ਘਰ ਹੀ ਲਗਾਇਆ ਛੱਡ ਉਹ ਬਸ ਕਾਫੀ ਟਾਈਮ ਲੱਗਿਆ ਤਾਂ ਮੈਂ ਠੰਡਾ ਹੋ ਗਿਆ ਹੁਣ ਹਾਂਜੀ ਸਾਰੇ ਉਖੜ ਗਏ ਮੀਂਹ ਆਏ ਤੇ ਸਾਰੇ ਇੱਥੇ ਰਹਿ ਗਏ ਹੱਥ ਮੇਲਾ ਦਾ ਬਾਲ ਹਾਂਜੀ ਮਿੱਤਰੋ ਦੇਖੋ ਜੀ ਮੱਥੇ ਦਾ ਵੀ ਹੁਣ ਸ਼ੁਰੂਆਤ ਕਰਨੀ ਮੱਥੇ ਫੋਰਹੈਡ ਤੇ ਧਾਗੇ ਜੇ ਨਿਕਲਿਆ ਦੇਖੋ ਗਾਈਸ ਧਾਗੇ ਠੰਡਾ ਹੋ ਗਿਆ ਗਾਈਸ ਮਿੱਤਰੋ ਤੁਸੀਂ
ਗਾਈਸ ਤੁਸੀਂ ਇਹਨੂੰ ਨਾ ਥੋੜ੍ਹੀ ਜਿਹੀ ਘੱਟ ਗੈਸ ਛੱਡ ਕੇ ਚਲਾ ਕੇ ਰੱਖਣਾ ਬਸ ਵੀ ਠੰਡਾ ਨਾ ਹੋਵੇ। ਕੱਲ੍ਹ ਦਾ ਬਲੌਗ ਆਪਾਂ ਲੈ ਕੇ ਆਉਣਾ ਹੇਅਰ ਕੱਟ 'ਤੇ, ਕੱਲ੍ਹ ਉੱਥੇ ਸ਼ੂਟ ਹੋਣਾ ਕੱਲ੍ਹ। ਚਲੋ ਹੋਰ ਦੱਸ ਕਿੱਥੇ ਲਾਉਣਾ? ਬਸ ਨੱਕ ਤੇ ਵੀ ਲੱਗ ਗਿਆ ਮੱਥੇ ਤੇ ਵੀ ਲਾ ਹੀ ਲੈਣਾ, ਬਹੁਤ ਪਿਆ ਹੈ ਨਾ ਲਾ ਫਿਰ ਛੇਤੀ। ਲੋ ਮਿੱਤਰੋ ਮੱਥੇ ਤੇ ਲਾ ਲੱਗੇ, ਮੈਂ ਮੱਥੇ ਤੇ ਵਾਲ ਫੜ ਲਏ ਆਪਣੇ, ਦੇਖੋ ਗਾਈਸ ਪੂਰੀ ਲੇਅਰ ਬਣਾ ਕੇ ਉਹ ਛੱਟ ਜਿੰਨੀ ਲੇਅਰ ਬਣਨੀ ਹੈ ਸਾਰੀ ਲਾ ਲਈ। ਇੱਥੇ ਖੜ ਰਿਹਾ ਹੁਣ ਇੱਕ ਦਿਨ ਬਸ, ਦੇਖੋ ਗਾਈਸ ਮੱਥਾ ਫੜ ਲਿਆ। ਮੈਨੂੰ ਵੀ ਆਪਣਾ ਕੰਮ ਨੂੰ ਮਗਰ ਲਾ ਲੈਂਦਾ। ਥੈਂਕ ਯੂ ਛੱਟ ਜਿੰਨਾ ਹੈਗਾ ਸਾਰਾ ਲਾ ਲਿਆ। ਸਾਰਾ ਲਾ ਦੇਣਾ, ਕੋਈ ਵਾਲ ਛੱਡਣਾ ਨਹੀਂ ਹੈਗਾ, ਬਾਕੀ ਮਾੜਾ ਮੋਟਾ ਹੋਇਆ ਤਾਂ ਗੱਲ ਕਰਾਉਣਾ ਹੀ ਹੈ। ਚਲੋ ਮਸ਼ੀਨ ਵਾਲੀ ਬਣ ਗਈ, ਉਹ ਤਾਂ ਮਸ਼ੀਨ ਨਾਲ ਕਰ ਦੇਣਾ। ਜਾਂ ਹੋਰ ਦੱਸ ਆਖਰੀ ਪਾਉ ਆਖਰੀ ਹੈ ਸਟੈਪ, ਦੱਸ ਕਿੱਦਾਂ ਲਾਣਾ ਵਾਲ ਤਾਂ ਨਹੀਂ ਜਾਂਦੇ ਕਿਤੇ, ਮੀ ਨਹੀਂ ਵਾਲ ਨਹੀਂ ਜਾਂਦੇ ਬਸ। ਲੋ ਗਾਈਸ ਖਤਮ, ਲੱਗ ਗਿਆ ਦੀ ਐਂਡ। ਇਸ ਵਾਰ ਤੇਰੇ ਵਾਲ ਜ਼ਿਆਦਾ ਤੇ ਤਾਂ ਥੋੜਾ ਟਾਈਮ ਲੱਗਿਆ। ਦੇਖੋ ਜੀ ਗਾਈਸ ਕਾਫੀ ਟਾਈਮ ਬਾਅਦ ਲਗਾਉਣ ਲੱਗਾ, ਵਾਲ ਜ਼ਿਆਦਾ ਸੀਗੇ, ਤੁਸੀਂ ਵੀ ਲਾ ਸਕਦੇ ਹੋ ਇੱਦਾਂ। ਐਸ਼ ਕੀ ਤਾਂ ਮਹੀਨੇ ਬਾਅਦ ਕੀਤਾ ਗਾਈਸ, ਲੱਗ ਗਿਆ ਸਾਰਾ ਹੁਣ। ਹਾਂਜੀ ਮਿੱਤਰੋ ਆਪਾਂ ਲਵਾ ਲਈ ਬੈਕਸ, ਦੇਖੋ ਜੀ ਗੱਲਾਂ ਹੋ ਗਈਆਂ ਬਿਲਕੁਲ ਸਾਫ਼, ਵੀ ਦੇਖੋ ਐਂ ਚੰਗੀ ਤਰ੍ਹਾਂ ਲਓ ਜੀ। ਅਤੇ ਹਾਂਜੀ ਮਿੱਤਰੋ ਆਪਾਂ ਕਰਾ ਕੇ ਆ ਗਏ ਹਾਂ, ਗੱਲਾਂ ਪੂਰੀਆਂ ਸਾਫ਼। ਦੇਖੋ ਤੁਸੀਂ ਐਨ ਥੋੜ੍ਹੇ ਮੋਟੇ ਵਾਲ ਰਹਿੰਦੇ ਹੋਣੇ ਆ, ਮਾੜੇ ਮੋਟੇ ਆ ਬਟ ਥੋੜ੍ਹੇ ਲਾਲ ਹੋ ਗਿਆ, ਹੋ ਜਾਣਾ ਸਵੇਰ ਤੱਕ ਠੀਕ। ਅਤੇ ਬਾਕੀ ਹੁਣ ਅਗਲਾ ਬਲੌਗ ਲੈ ਕੇ ਆਵਾਂਗੇ ਵਾਲਾਂ ਅਤੇ ਦਾੜੀ 'ਤੇ, ਬਣੇ ਰਹੋ। ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਮਿਲਦੇ ਹਾਂ।